T20 ਸੁਪਰ ਮੈਕਸ ਇਹ 2019 ਮਾਡਲ ਹੈ ਜੀ ਟਰੈਕਟਰ ਟਰੈਕਟਰ ਇਹ ਵੀ ਬ੍ਰੈਂਡ ਨਿਊ ਪਿਆ ਸਾਈਡ ਕਲਚ ਵਾਲਾ ਜਿਵੇਂ ਪਾਵਰ ਮੈਕਸ ਦਾ ਆ ਗਿਆ ਇਹਦਾ ਵੀ ਹੋਈ ਹੈ ਇਹ 2019 ਮਾਡਲ ਹੈ ਹਾਂਜੀ ਇਹ 2011 ਮਾਡਲ ਹੈ ਜੀ ਟਰੈਕਟਰ ਜਿਹੜਾ ਪਲੱਸ ਪਹਿਲੇ ਆਉਂਦਾ ਸੀਗਾ ਇਹ 11 ਜੀ ਬੰਦ ਹੋਇਆ ਇਹ ਵੀ ਟੋਪ ਮਾਡਲ ਹੈ ਡਿਸਟ੍ਰੀਬਿਊਟਰ ਇਹਨੂੰ ਵੀ ਹੈਗਾ 3 ਸਪੀਡ ਰਿਵਰਸ ਪੀਟੀਓ ਟਾਇਰ ਇਹਦੇ ਵੀ 80 ਪੈਰ ਟਾਇਰ 80% ਪਏ ਨੇ ਜੀ ਇਹਦੇ ਇਹ ਲਿਖ ਲਿਆ ਟਰੈਕਟਰ 14 ਚ ਹੈ ਜੀ ਟਰੈਕਟਰ ਦੇ ਮਾਰ ਕੇ 13 ਦੇ ਹੈ ਸਪੈਸ਼ਲ ਐਡੀਸ਼ਨ 2013 ਦੇ ਮਾਰ ਕੇ 14 ਦੀ ਕਾਪੀ ਇਹ 2021 ਮਾਡਲ ਹੈ 3 ਸਪੀਡ ਸਿੰਕਰੋ ਮੈਕਸ ਦਾ 65 HP ਮਤਲਬ ਇਹ ਤਾਂ ਬੜਵੀਂ ਰੇਂਜ 'ਚ ਜੰਮਣਾ ਜੀ ਹਾਂਜੀ ਇਹ 5 ਦੀ ਰੇਂਜ ਵਾਲਾ ਟਰੈਕਟਰ ਹੈ ਜੀ ਉਹ ਟਰੈਕਟਰ ਵੀ ਨਵਾਂ ਬਿਲਕੁਲ ਇਹ ਸਾਰੇ ਵਾਰ ਦੇ ਨੇ ਜੀ ਯਾਰ NOC ਕਈ ਵਾਰੀ ਨਾਲ ਨੇ ਕਈ ਵਾਰੀ ਨਹੀਂ ਕਿਹੜਾ ਪ੍ਰੀਤ ਜੀ ਉਹ 58 ਜੀ 4 ਸਿਲੰਡਰ 58 4 ਸਿਲੰਡਰ ਕਿੰਨਾ 3.5 ਲੱਖ ਦਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਇੰਡੀਆ ਦੇ ਵਿੱਚ ਪਿਆਰੇ ਵੀਰੋ ਆਪਾਂ ਇੱਕ ਵਾਰ ਫਿਰ ਤੱਕ ਪਹੁੰਚੇ ਕੋਕੋ ਟਰੈਕਟਰਸ ਤੇ ਜਿਨ੍ਹਾਂ ਨੇ ਸੁਣੇ ਪਹਿਲੀਆਂ ਵੀਡੀਓ ਨੂੰ ਬਹੁਤ ਪਿਆਰ ਤੇ ਮਾਣ ਸਤਿਕਾਰ ਬਖਸ਼ਿਆ ਇੱਕ ਵਾਰ ਫਿਰ ਤੋਂ ਵੀਰਾਂ ਕੋਲ ਨਵਾਂ ਟਰੈਕਟਰ ਦਾ ਕਲੈਕਸ਼ਨ ਆ ਚੁੱਕਿਆ ਤੇ ਆਪਾਂ ਤੁਹਾਨੂੰ ਕੀ ਕਰਕੇ ਟਰੈਕਟਰ ਦਿਖਾਵਾਂਗੇ ਤੇ ਆਪਣੇ ਨਾਲ ਵੀਰ ਨੇ ਸਤਿ ਸ਼੍ਰੀ ਅਕਾਲ ਜੀ ਮਾਤਾ ਜੁੜ ਜਾਣ ਤੇ ਨਵੀਂ ਵੀਡੀਓ ਸਵਾਗਤ ਹੈ ਜੀ ਸਾਰਿਆਂ ਦਾ ਅੱਜ ਤੁਹਾਨੂੰ ਦਿਖਾਉਂਦੇ ਹਾਂ ਜੀ ਜਿਹੜੇ ਡਿਮਾਂਡ ਦੇ ਟਰੈਕਟਰ ਆਉਂਦੇ ਨੇ ਪਿਛਲੀ ਵਾਰ ਹੈ ਨਹੀਂ ਸੀ ਸਾਡੇ ਤੋਂ ਅੱਜ ਆ ਗਏ ਬਣਾਉਂਦੇ ਹਾਂ ਜੀ ਵੀਡੀਓ ਆਪਾਂ ਆਓ ਪਹਿਲਾਂ ਇਹਦੇ ਸ਼ੁਰੂ ਕਰਦੇ ਹਾਂ ਜੀ ਆਪਾਂ ਇਹਦੇ ਬਹੁਤ ਫੋਨ ਆਏ ਸੀਗੇ ਜੀ ਪਾਵਰ ਮੈਕਸ 60-55 ਚਾਹੀਦਾ ਮਾਈਕੋ ਪੰਪ ਵਾਲਾ ਇਹ ਬੰਦਾ ਜਿਹੜਾ ਨਵਾਂ ਉਹ ਆਇਆ ਉਹਦੇ ਵਿੱਚ ਉਹ ਹੈ ਨਾ ਜੀ ਹਾਂ ਇਹ 60 HP ਦਾ ਜੀ ਪਾਵਰ ਮੈਕਸ 60 HP ਦਾ ਪਾਵਰ ਮੈਕਸ ਹਾਂਜੀ 2021 ਮਾਡਲ ਟਰੈਕਟਰ ਹੈ ਜੀ ਇਹ ਮਾਈਕੋ ਪੰਪ ਵਾਲਾ ਸਿੰਪਲ ਇਹਦਾ ਮੈਨੂੰ ਆਇਆ ਜਿਵੇਂ ਵੀ ਸ਼ੋਰੂਮ ਦੇ ਵਿੱਚ ਨਿਕਲਿਆ ਵਾ ਉਹੀ ਚੀਜ਼ ਆ ਜੀ ਤੂੰ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਉਹ ਟਰੈਕਟਰ ਬ੍ਰਾਂਡ ਨਿਊ ਪਿਆ ਕਿੰਨੇ ਵਾਲਾ ਟਰੈਕਟਰ ਜੀ ਇਹ 2021 ਮਾਡਲ ਹੈ ਜੀ ਹੈ 10ਵੇਂ ਮਹੀਨੇ ਦਾ ਟਰੈਕਟਰ ਹੈ ਜੀ ਫਰਸਟ ਓਨਰ ਹੈ ਇਹਦੀ NOC ਅਸੀਂ ਤੁਹਾਨੂੰ ਨਾਲ ਲਵਾਂਗੇ ਇਹ ਪੰਚਕੂਲੇ ਦਾ ਟਰੈਕਟਰ ਹੈ ਜੀ ਹਰਿਆਣੇ ਹਾਂ ਹਰਿਆਣੇ ਦਾ ਜੀ ਹਰਿਆਣੇ ਦਾ ਟਰੈਕਟਰ ਹਾਂਜੀ NOC ਮਿਲ ਜੂਗੀ ਪਰ ਨਾਮ ਦਾ ਹਰਿਆਣਾ ਜੀ ਆ ਤਾਂ ਵਿੱਚ ਹੀ ਗਿਆ ਆਪਣੇ ਠੀਕ ਹੈ ਜੀ ਤੇ 60 HP ਵਾਲਾ ਹੈ 60 HP ਵਾਲਾ ਡਿਮਾਂਡ ਕਿੰਨੀ ਹੈ ਇਹਦੀ 660 ਦਾ ਜੀ 660 ਦਾ 8-55 60 ਪਾਵਰ ਵਾਲਾ ਜਿਹੜਾ ਪਾਵਰ ਮੈਕਸ ਦੇ ਵਿੱਚ ਆਇਆ ਹੈ ਨਵਾਂ ਹੁਣ ਇਸ ਤੋਂ ਇਲਾਵਾ ਜੀ ਸੁਪਰ ਮੈਕਸ ਵੀ ਖੜਾ ਜਿਓ ਤੁਹਾਨੂੰ ਵੀ ਦਿਖਾਈਏ ਇਹ ਵੀ T20 ਹੈ ਜੀ ਇਹ ਸੁਪਰ ਮੈਕਸ T20 ਸੁਪਰ ਮੈਕਸ ਇਹ 2019 ਮਾਡਲ ਹੈ ਜੀ ਟਰੈਕਟਰ ਟਰੈਕਟਰ ਇਹ ਵੀ ਬ੍ਰੈਂਡ ਨਿਊ ਪਿਆ ਸਾਈਡ ਕਲਚ ਵਾਲਾ ਜਿਵੇਂ ਪਾਵਰ ਮੈਕਸ ਦਾ ਆ ਗਿਆ ਇਹਦਾ ਵੀ ਹੋਈ ਹੈ ਇਹ 2019 ਮਾਡਲ ਹੈ ਹਾਂਜੀ ਜਦੋਂ ਟਰੈਕਟਰ ਦੇਖਣ ਨੂੰ 19 ਮਾਡਲ ਆ ਜਿਹਦੀ ਕੰਡੀਸ਼ਨ ਗੱਲ ਕਰੂੰ ਤਾਂ 22-23 ਮਾਡਲ ਦੀ ਕੰਡੀਸ਼ਨ ਆ ਇਹ ਵੀ ਫਸਟ ਓਨਰ ਹੈ ਜੀ ਟਰੈਕਟਰ ਫਸਟ ਓਨਰ ਟਰੈਕਟਰ ਹੈ ਇਹਦੀ ਸਾਡੀ ਡਿਮਾਂਡ ਹੈਗੀ ਜੀ 5-75 ਬਾਕੀ ਕੋਈ ਨਹੀਂ ਤੁਹਾਡੀ ਜਿਹੜਾ ਵੀਡੀਓ ਦੇਖ ਕੇ ਆਏਗਾ ਆਪਾਂ ਮਾਣ ਤਾਂ ਜ਼ਰੂਰ ਕਰਾਂਗੇ ਠੀਕ ਹੈ ਜੀ 5-75 ਹਾਂ ਡਿਮਾਂਡ ਹੈ ਜੀ ਬਾਕੀ ਆ 36-30 ਆਇਆ ਜੀ ਇੱਕ ਨਵਾਂ ਪਲੱਸ 36-30 ਪਲੱਸ ਇਹ ਟਰਬੋ ਵਾਲਾ ਹੁੰਦਾ ਜੀ ਇਹ ਟਰਬੋ ਲੱਗੀ ਹੋਈ ਇਹ ਸਪੈਸ਼ਲ ਐਡੀਸ਼ਨ ਦੇ ਸੇਮ ਟਰੈਕਟਰ ਨੇ ਬਸ ਉਹਦੇ ਛਤਰੀ ਆਉਂਦੀ ਹੈ ਜੈਕਾਂ ਦਾ ਇਹਨੂੰ ਉਹ ਚੀਜ਼ਾਂ ਨਹੀਂ ਆਉਂਦੀਆਂ ਬਾਕੀ 55 HP ਦਾ ਟਰੈਕਟਰ ਹੁੰਦਾ ਵੀ 36-30 ਆਪਣਾ ਇਹ 2018 ਮਾਡਲ ਟਰੈਕਟਰ ਹੈ ਜੀ 2018 ਜੀ ਕਿੰਨੀ ਡਿਮਾਂਡ ਹੈ ਜੀ ਇਹਦੀ ਇਹ 560 ਦਾ ਜੀ 560 ਡਿਮਾਂਡ ਹੈ ਵੀਰੋ ਟਰਬੋ ਵਾਲਾ ਟਰੈਕਟਰ ਆ ਪਲੱਸ 36 ਦੀ ਟਾਇਰ ਉਹਦੇ ਵੀ ਸੋਹਣੇ ਪਏ ਨੇ ਨਾਲ ਦੇ ਟਾਇਰਾਂ ਜੀ ਫਸਟ ਓਨਰ ਹੈ ਵੀ 60% ਟਾਇਰ ਖੜੇ ਨੇ ਤੇ ਇਹ 2011 ਮਾਡਲ ਹੈ ਜੀ ਟਰੈਕਟਰ ਜਿਹੜਾ ਪਲੱਸ ਪਹਿਲੇ ਆਉਂਦਾ ਸੀਗਾ ਇਹ 11 ਜੀ ਬੰਦ ਹੋਇਆ ਇਹ ਵੀ ਟੋਪ ਮਾਡਲ ਹੈ ਡਿਸਟ੍ਰੀਬਿਊਟਰ ਇਹਨੂੰ ਵੀ ਹੈਗਾ 3 ਸਪੀਡ ਰਿਵਰਸ ਪੀਟੀਓ ਟਾਇਰ ਇਹਦੇ ਵੀ 80 ਪੈਰ ਟਾਇਰ 80% ਪਏ ਨੇ ਜੀ ਇਹਦੇ ਮਤਲਬ ਪਿਛਲੇ ਤਾਂ 90% ਮਾਂਗੇ ਹੈਗੇ ਨੇ ਜੀ ਤੁਸੀਂ ਦੇਖ ਸਕਦੇ ਹੋ 90% ਟਾਇਰ ਪਿਛਲੇ ਖੜੇ ਨੇ
435 ਦਾ ਜੀ, ਬਾਕੀ ਜਿਹੜਾ ਵੀਡੀਓ ਦੇਖ ਕੇ ਆਏਗਾ ਤੁਹਾਡੀ ਮਾਣਤਾਣ ਜ਼ਰੂਰ ਕਰਾਂਗੇ। ਆਹ 36 ਆ ਗਿਆ ਜੀ ਸੁਪਰ, 36 ਸੁਪਰ, ਇਹ 2013 ਮਾਡਲ ਹੈ ਜੀ, 3 ਸਪੀਡ ਇਹ ਵੀ ਹੈ, ਜਿਹੜਾ ਬਿਨਾਂ ਟਰਬੋ ਤੋਂ ਕੋਈ ਕਹਿੰਦਾ ਜੀ ਮੈਨੂੰ ਚਾਹੀਦਾ, ਆਹ ਵੀ 16 ਦੇ ਟਾਇਰਾਂ 'ਚ, ਇਹ ਬਿਨਾਂ ਟਰਬੋ ਤੋਂ ਹੈ, ਇਹ ਬਿਨਾਂ ਟਰਬੋ ਦਾ ਸੁਪਰ। ਇਹ ਨੰਬਰ ਕਿੱਥੋਂ ਲਾਈ? ਇਹ ਨੰਬਰ ਸਾਡੇ ਕੋਲ ਤਾਂ ਪੰਜਾਬ ਹਰਿਆਣਾ ਦੇ, ਕੋਈ ਬਾਹਰ ਦਾ ਨੰਬਰ ਨਹੀਂ ਹੈ, ਨਾਮ ਹੋਊਗਾ ਟੈਟਰੀ ਦੀ, ਮਿਆਦ ਪਈ ਹੈ। ਠੀਕ ਹੈ ਠੀਕ ਹੈ, ਹਾਂਜੀ ਹਾਂਜੀ। ਇਹ 435 ਦਾ ਜੀ, ਇਹ 435 ਦਾ ਵੀਰੋ, 3 ਸਪੀਡ ਟਾਇਰ ਦਾ, ਹਰ ਰੋਟੇਟਰ ਦੇ ਟਾਇਰ ਵਧੀਆ, ਟਾਇਰ ਲਗਭਗ 60% ਟਾਇਰ ਖੜੇ ਨੇ। ਤੇ ਅਗਲਾ ਕਿਹੜਾ ਜੀ? ਅੱਗੇ ਆ ਅਰਜਨ ਖੜਾ ਜੀ, ਸੋਨਾਲੀਕਾ ਖੜਾ ਜੀ, ਆਪਾਂ ਪਿਛਲੀ ਵੀਡੀਓ ਵਿੱਚ ਦਿਖਾਇਆ ਸੀਗਾ। ਹਾਂਜੀ ਹਾਂਜੀ, ਆ ਜਾਓ ਇੱਕ ਵਾਰ ਉੱਧਰ ਦਿਖਾ ਦਿੰਦਾ ਤੁਹਾਨੂੰ ਟਰੈਕਟਰ। ਬਾਕੀ ਪ੍ਰੀਤ ਦਾ ਸਟੋਕ ਆਇਆ ਵਾ, ਪ੍ਰੀਤ ਕਈ ਮਾਡਲ ਆਏ ਪਏ ਨੇ, 2020, 2021, 2022, 2023, 2024 ਸਾਰੇ ਹੈਗੇ, ਇੰਡੋ ਫਾਰਮ ਆਏ ਪਏ ਨੇ, ਉਹ ਤੁਹਾਨੂੰ ਦਿਖਾਈਏ ਵੀਰੋ। ਇਹ ਟਰੈਕਟਰ ਨੇ ਆਪਾਂ ਨੂੰ ਤੁਹਾਨੂੰ ਪਿਛਲੀ ਵੀਡੀਓ 'ਚ ਦਿਖਾਏ ਹੋਏ ਨੇ, ਆਪਣੇ ਕੋਕੂ ਟਰੈਕਟਰ ਦੇ ਨਾਂ ਦੇ ਪਲੇਲਿਸਟ ਆ ਯੂਟਿਊਬ 'ਤੇ। ਆ ਛੋਟਾ ਟਰੈਕਟਰ ਭਾਅ ਜੀ ਕਿਹਨੂੰ ਚਾਹੀਦਾ ਹੋਵੇ ਆਲੂ ਵਾਸਤੇ, ਤਾਂ ਇਹ 16 ਮਾਡਲ ਹੈ, ਲੋਕਲ ਨੰਬਰ ਆ ਸਾਡਾ ਪਟਿਆਲੇ ਦਾ ਜੀ, ਸਸਤੀ ਰੇਂਜ ਦਾ ਟਰੈਕਟਰ ਹੈ ਜੀ, ਕੋਈ 270-280 ਦੀ ਰੇਂਜ ਵਾਲਾ ਟਰੈਕਟਰ ਹੈ, ਕਿਸੇ ਭਰਾ ਨੂੰ ਚਾਹੀਦਾ ਹੋਵੇ ਛੋਟਾ, 40-10 ਨਿਊਲੈਂਡ ਦਾ, 40 ਬਾਬਰਾਂ, ਇਹ 40 ਬਾਬਰਾਂ ਜੀ। ਹਾਂਜੀ, ਇਹ ਮਾਡਲ ਕਿੰਨਾ ਜੀ? ਇਹ 16, 16 ਮਾਡਲ ਆ, ਇਹਦੇ 'ਚ ਮੈਸੀ ਦਾ ਇੰਜਣ ਹੁੰਦਾ, ਮੈਸੀ ਦਾ ਇੰਜਣ ਵੱਲੋਂ ਜੀ, ਕੰਪਨੀ ਵੱਲੋਂ ਮੈਸੀ ਦਾ ਜਾਂਦਾ ਇਹਨੂੰ। ਠੀਕ ਆ ਠੀਕ ਆ ਜੀ, ਛੋਟੇ ਮਾਡਲ ਸੀ ਜੀ ਆਪਣੇ, 270-280 ਦੀ ਰੇਂਜ ਵਾਲਾ ਜੀ, ਘੱਟ ਪੈਸਿਆਂ ਦੇ ਵਿੱਚ ਮਾਡਲ ਉੱਚਾ, ਉਹ ਨੰਬਰ ਲੋਕਲ। ਹਾਂਜੀ, ਆਹ ਤੁਹਾਨੂੰ ਦਿਖਾਈਏ ਜੀ, ਦੂਜਾ ਆ ਜਾਓ। ਇਹਦੇ ਕੋਲ ਜੀ 4x4 ਖੜੇ ਨੇ, ਨੀਰਾ ਮਰਾ ਦੇ ਟਰੈਕਟਰ ਆਇਆ ਜੀ ਰਾਤ ਸਾਡਾ, ਇਹ ਹਲੇ ਤੁਸੀਂ ਦਿਖਾ ਦੇ, ਇਹਦੇ ਹਲੇ ਆਪਣੇ ਧੋਣ ਧੋਣਾ ਹੈ, 700 ਰੁਪਏ ਹੋਣੀ ਹੈ, ਆਪ ਨੰਬਰ ਹੈ ਜੀ, ਫਸਟ ਓਨਰ ਹੈ ਜੀ। ਅੱਜ ਤੁਹਾਨੂੰ ਹੋਰ ਦਿਖਾਈਏ, ਆ ਸਪੈਸ਼ਲ ਐਡੀਸ਼ਨ ਆਇਆ ਜੀ, ਇਹ ਲਿਖ ਲਿਆ ਟਰੈਕਟਰ 14 'ਚ ਹੈ ਜੀ, ਟਰੈਕਟਰ ਦੇ ਮਾਰਕੇ 13 ਦੇ ਹੈ, ਸਪੈਸ਼ਲ ਐਡੀਸ਼ਨ 2013 ਦੇ ਮਾਰਕੇ 14 ਦੀ ਕਾਪੀ, ਇਹ ਵੀ ਫਸਟ ਓਨਰ ਟਰੈਕਟਰ ਹੈ, ਟਾਇਰ ਵਧੀਆ ਚਾਰੇ। ਠੀਕ ਆ ਠੀਕ ਹੈ, ਇਹ ਵਿਕਲੇ ਜੀ? 460 ਦਾ ਨਹੀਂ ਹੈਗਾ ਜੀ, ਦੇਖਣਾ ਜੀ, ਹਾਂ ਹਾਂ ਹੈਗਾ ਹੈਗਾ, 460 ਦਾ। ਤੇ ਅਗਲਾ ਕਿਹੜਾ ਜੀ? ਅਗਲਾ ਇਹ ਆਇਆ ਜੀ 30-65 ਇੰਡੋ ਫਾਰਮ, ਇੰਡੋ ਫਾਰਮ 30-65, ਇਹ 2021 ਮਾਡਲ ਹੈ, 3 ਸਪੀਡ, 3 ਸਪੀਡ ਸਿੰਕਰੋਮੈਕਸ ਦਾ, 65 HP, ਮਤਲਬ ਇਹ ਤਾਂ ਬੜਵੀਂ ਰੇਂਜ 'ਚ ਜਾਊਗਾ ਜੀ। ਹਾਂਜੀ, ਇਹ 5 ਦੀ ਰੇਂਜ ਵਾਲਾ ਟਰੈਕਟਰ ਹੈ ਜੀ, ਉਹ ਟਰੈਕਟਰ ਵੀ ਨਵਾਂ ਬਿਲਕੁਲ। ਤੁਸੀਂ ਐਂ ਦੇਖੋ ਵੀ 65 HP ਦਾ ਟਰੈਕਟਰ 5 ਲੱਖ ਰੁਪਏ ਦਾ, ਫਿਰ ਇਹ ਤੋਂ 22 ਮਾਡਲ ਹੈ ਜੀ, ਸੋਰੀ, ਇਹ ਕਿੰਨਾ ਮਾਡਲ ਹੈ? 22 ਮਾਡਲ ਹੈ, 22 ਮਾਡਲ ਡਿਮਾਂਡ ਕਿੰਨੀ ਕਰਦੇ ਆਪਾਂ ਜੀ? 5 ਲੱਖ ਦਾ ਜੀ, 5 ਲੱਖ ਰੁਪਇਆ 2022 ਮਾਡਲ ਬ੍ਰਾਂਡ ਨਿਊ ਟਰੈਕਟਰ, ਜੇਕਰ ਆਪਾਂ 65 HP ਟਰੈਕਟਰ ਲੈਣ ਜਾਂਦੇ ਤਾਂ 9-9 ਲੱਖ ਦੇ ਟਰੈਕਟਰ ਨੇ, 3 ਸਪੀਡਾਂ ਨਾਲੇ, ਨਾਲੇ 3 ਸਪੀਡ ਆ, ਅਤੇ ਕਿਸੇ ਮੇਰੇ ਭਰਾ ਨੂੰ ਚਾਹੀਦਾ ਹੋਵੇ 5 ਲੱਖ ਦੇ ਵਿੱਚ 65 HP ਦਾ ਟਰੈਕਟਰ ਖੜੇ ਹੈ। ਅਤੇ ਹੋਰ ਅਗਲਾ ਟਰੈਕਟਰ ਕਿਹੜਾ ਜੀ? ਬਾਕੀ ਸਾਡਾ ਸਟੋਕ ਹਲੇ ਲਿਆ ਜੀ ਅਸੀਂ, ਰਾਹ 'ਚ ਹੀ ਆਊਗਾ ਅਗਲੇ 2-3 ਦਿਨ ਤੱਕ, ਫਾਰਮ ਟਰੈਕ 45 ਹੈ ਜੀ, 2011 ਮਾਡਲ, ਠੀਕ ਹੈ, ਜੋਨਡੀਅਰ ਦਾ 52 ਰਸ ਹੈ, ਗੇਅਰ ਪ੍ਰੋ 20 ਮਾਡਲ, ਠੀਕ ਹੈ, 54-5 ਹੈ ਜੀ, 2020 ਮਾਡਲ, ਠੀਕ ਹੈ ਠੀਕ ਹੈ, ਸੋਨਾਲੀਕਾ 22 ਮਾਡਲ ਹੈ ਜੀ, 750, ਸੋਨਾਲੀਕਾ 35 ਹੈ ਜੀ, 22 ਮਾਡਲ, ਇਹ ਸਾਰੇ ਟਰੈਕਟਰ ਆਉਣਗੇ ਬਾਈ, 1-2 ਦਿਨ ਕਰਕੇ ਲੋਕਾਂ ਦਾ ਕੰਮ ਰਹਿ ਗਿਆ, ਲਿੱਤੇ ਪਏ ਨੇ ਬਸ, ਉਹ ਕੰਮ ਨਿਬੜੂਗਾ 1-2 ਦਿਨ ਤੱਕ ਵਾਪਸ ਆ ਜਾਣਗੇ। ਮਹਿੰਦਰਾ 585 ਹੈ, ਯੂਓ 22 ਮਾਡਲ, ਠੀਕ ਹੈ, 2 ਪ੍ਰੀਤ ਨੇ ਜੀ, 21-21 22 ਮਾਡਲ, ਇਹ ਸਾਰੇ ਤੁਹਾਨੂੰ ਅਗਲੀ ਵੀਡੀਓ ਦਿਖਾ ਰਿਹਾ ਵਾ, 2-3 ਦਿਨ ਤੱਕ ਸਾਰੇ ਟਰੈਕਟਰ ਵਾਪਸ ਮੁੜ ਰਹੇ ਨੇ, ਫਿਰ ਦਿਖਾਉਂਦੇ ਹਾਂ ਤੁਹਾਨੂੰ। ਇਹ ਕੰਮ ਨੂੰ ਮੈਂ ਬਾਗਬਾਨੀ ਦਾ ਟਰੈਕਟਰ ਨਹੀਂ ਹੋਣਾ ਜੀ, ਬਾਗਬਾਨੀ ਦਾ ਸੋਨਾਲੀਕਾ ਖੜਾ ਜੀ, ਘੱਟ ਚੱਲਿਆ ਹੋਇਆ, ਅੱਜ ਆਪਾਂ ਤੁਹਾਨੂੰ ਉਹ ਦਿਖਾਉਂਦੇ ਹਾਂ, ਕਈ ਭਰਾਵਾਂ ਦੀ ਡਿਮਾਂਡ ਆਉਂਦੀ ਬਾਗਬਾਨੀ ਦਾ ਟਰੈਕਟਰ ਚਾਹੀਦੇ ਨੇ ਆਪਾਂ ਨੂੰ। ਇੱਕ ਫਾਰਮ ਟਰੈਕ ਦਾ ਖੜਾ ਜੀ, ਅੰਦਰ ਖੜਾ ਇੱਧਰ, ਇਹ ਇੱਕ ਸਿਲੰਡਰ ਹੈ ਜਿਹੜਾ ਅੰਦਰ ਖੜਾ ਹੈ, ਜਿਹੜਾ ਬਾਹਰ ਖੜਾ ਜੀ ਉਹ 26 HP ਦਾ 3 ਸਿਲੰਡਰ ਹੈ। ਇਹਨਾਂ ਦਾ ਦੱਸ ਦਿਓ ਜੀ ਮਾਡਲ ਮੋਡਲ, ਰੇਟ ਰੂਟ ਕੀ ਹੈ ਜੀ? ਇਹ ਮੈਂ ਪਤਾ ਕਰਦਾ ਜੀ। ਵੀਰੋ ਕਈ ਭਰਾ ਕਮੈਂਟ ਕਰਦੇ ਨੇ ਆਪਣੇ ਚੈਨਲ 'ਤੇ,
ਵੀ ਬਾਗਬਾਨ ਵਾਲੇ ਛੋਟੇ ਟਰੈਕਟਰ ਚਾਹੀਦੇ ਨੇ ਪੂਰੇ ਵੀਰ ਉਹਨਾਂ ਕੋਲ ਤਿੰਨ ਟਰੈਕਟਰ ਖੜੇ ਨੇ ਜੀ ਹਾਂਜੀ ਛੋਟੇ ਤਿੰਨ ਨੇ ਇਹ ਸਿੰਗਲ ਹੈ ਜੀ ਇਹ ਸਿੰਗਲ 4x4 ਨੇ ਇੱਕ ਸੋਨਾਲੀਕਾ ਉਹਦਾ ਬ੍ਰੈਂਡ ਨਿਊ ਆ ਖੜਾ ਇਹ ਕਿਹੜੀ ਕੰਪਨੀ ਦੇ ਵਿੱਚ ਹੈ ਜੀ ਇਹ ਸਟੀਲ ਟਰੈਕ ਆ ਜੀ ਫਾਰਮ ਟਰੈਕਾਂ ਦਾ ਸਟੀਲ ਟਰੈਕ ਫਾਰਮ ਟਰੈਕ ਆ ਜਾਂਦਾ ਤੇ ਦੂਜਾ ਇਧਰ ਇਹ ਵੀ ਫਾਰਮ ਟਰੈਕ ਦਾ ਇਹ 26 HP ਦੇ ਵਿੱਚ ਜੀ ਇਹ 26 HP ਇਹ ਕਿੰਨੇ HP ਹੈ ਜੀ ਇਹ 26 ਦਾ 4x4 ਤਿੰਨ ਸਿਲੰਡਰ ਇਹ 4x4 ਆ ਉਹ ਮਤਲਬ ਉਹ ਸਿੰਗਲ ਸਿਲੰਡਰ ਆ ਉਹ 25 ਕਿੰਨੇ ਉਹ 20 HP ਦਾ ਹੁੰਦਾ ਜੀ 20 HP ਇਹ ਦੋ ਸਿਲੰਡਰ ਜੀ ਇਹ ਤਿੰਨ ਸਿਲੰਡਰ ਆ 4 wheel ਆ ਤਿੰਨ ਸਿਲੰਡਰ 4x4 ਆਪਣਾ ਬਾਕੀ ਇਹ ਸਾਡੇ ਦੂਜੇ ਬੰਦੇ ਦੇ ਟਰੈਕਟਰ ਨੇ ਜੀ ਅਲੱਗ ਦੁਕਾਨ ਹੈ ਜੇ ਕਿਸੇ ਬੰਦੇ ਨੇ ਬਾਹਰ ਬੂਰ ਦਾ ਨੰਬਰ ਟਰੈਕਟਰ ਲੈਣਾ ਹੁੰਦਾ ਹੈ ਉਹ ਸਾਨੂੰ ਫੋਨਾਂ ਕਰਦੇ ਨੇ ਭਾਜੀ ਬਾਹਰ ਦਾ ਨੰਬਰ ਚਾਹੀਦਾ ਅਸੀਂ ਤਾਂ ਲੈਂਦੇ ਨਹੀਂ ਆਹ ਟਰੈਕਟਰ ਤੁਹਾਨੂੰ ਬੰਦੇ ਦਾ ਨੰਬਰ ਦੇ ਦਿੰਦੇ ਹਾਂ ਤੁਸੀਂ ਸਿੱਧੀ ਗੱਲ ਕਰ ਲਿਆ ਕਰੋ ਅਸੀਂ ਬਾਹਰ ਦੇ ਨੰਬਰ ਲੈਂਦੇ ਹੀ ਨਹੀਂ ਤੇ ਸਾਰੇ ਬਾਹਰ ਦੇ ਨੇ ਜੀ NOC ਕਈਆਂ ਦੀ ਨਾਲ ਨੇ ਕਈਆਂ ਦੀ ਨਹੀਂ ਹਾਂਜੀ ਮਾੜਾ ਜਿਹਾ ਨੰਬਰ ਬੋਲ ਦਿਓ ਜੀ ਆਪਣੇ ਚੈਨਲ ਤੇ ਇਹ ਭਾਜੀ ਇਹਨਾਂ ਦਾ ਨੰਬਰ ਹੈਗਾ ਜੀ 98-156-12734 ਗੁਰਵਿੰਦਰ ਸਿੰਘ ਨਾਮ ਹੈ ਜੀ ਇਹਦਾ ਇਹ ਬਾਹਰ ਦੇ ਨੰਬਰ ਟਰੈਕਟਰ ਹੀ ਤੁਹਾਨੂੰ ਮਿਲਣਗੇ ਔਰ ਇਹਨਾਂ ਕੋਲ ਠੀਕ ਹੈ ਠੀਕ ਹੈ ਜਿਹੜੇ ਉੱਚੇ ਮਾਡਲ ਟਰੈਕਟਰ ਹੈ ਜੀ ਇਹਨਾਂ ਦੀ NOC ਮਿਲਣਗੀਆਂ ਜਿਹੜੇ ਹੁਣ ਪੁਰਾਣੇ ਨੇ ਇਹਨਾਂ ਦੀ NOC ਨਹੀਂ ਮਿਲਦੀਆਂ ਠੀਕ ਹੈ ਲੋਨ ਕਲੀਅਰ ਹੋਣਗੇ ਸਾਰਾ ਕੁਝ ਅਸੀਂ ਬਾਹਰ ਦੇ ਨੰਬਰ ਲੈਂਦੇ ਨਹੀਂ ਭਾਜੀ ਆ ਬੰਦੇ ਦਾ ਨੰਬਰ ਦੁਬਾਰਾ ਫਿਰ ਬੋਲ ਦਿੰਦਾ ਸਾਨੂੰ ਫੋਨ ਨਾ ਕਰਿਓ 98-156-12734 ਬਾਹਰ ਦੇ ਨੰਬਰ ਦਾ ਕੰਟੈਕਟ ਨਾ ਕਰਿਓ ਠੀਕ ਇਹ ਦੂਜੀ ਦੁਕਾਨ ਵਾਲੇ ਦੇ ਨੇ ਤੇ ਅਜੋ ਆਪਾਂ ਤੁਹਾਨੂੰ ਸੋਨਾਲੀਕਾ ਵੀ ਦਿਖਾ ਦਈਏ ਬਾਕੀ ਰੈਟਰਾਂ ਦੇ ਨਹੀਂ ਨਾਮ ਰਾਜ ਕਰੀ ਵਾ ਉਧਰ ਸੋਨਾਲੀਕਾ ਖੜਿਆ ਬਾਗ ਬੰਨੇ ਦਾ ਛੋਟਾ ਜਿਹੜੇ ਵੀਰੇ ਭਰਾ ਆਪਾਂ ਨੂੰ ਕਮੈਂਟ ਕਰਦੇ ਤੇ ਆਪਾਂ ਸਪੈਸ਼ਲੀ ਉਹਨਾਂ ਵਾਸਤੇ ਵੀਡੀਓ ਬਣਾ ਰਹੇ ਆ ਆਹ ਟਰੈਕਟਰ ਦੀ ਵੀ ਕਈ ਫੋਨ ਆਈਆਂ ਸੀਗੀਆਂ ਭਰਾ ਦੀਆਂ ਇਹ ਜਦ ਸੇਲ ਹੋ ਗਿਆ ਸੀ ਦੁਬਾਰਾ ਆਇਆ ਇੱਕ ਵਾਰ ਵੀਡੀਓ 'ਚ ਵੀ ਦਿਖਾ ਦਿਓ ਇਹ ਪਹਿਲਾਂ ਜਿਹੜਾ ਖੜਦਾ ਉਹ ਸੇਲ ਹੋ ਗਿਆ ਜੀ ਇਹ ਪਹਿਲਾਂ ਇਹ ਅਸੀਂ ਵੇਚਤਾ ਸੀ ਉਹ ਬੰਦੇ 56-30 ਲੈ ਗਏ ਸਾਡੇ ਤੋਂ ਇਹ ਦੁਬਾਰਾ ਦੇ ਗਏ ਵਾਪਸ 50-30 ਹਾਂ ਪਹਿਲਾਂ ਫੋਨ ਆਈਆਂ ਸੀ ਕਈਆਂ ਦੀ ਵੀ ਟਰੈਕਟਰ ਕਿੱਧਰ ਗਿਆ ਜੇ ਕਿਸੇ ਭਰਾ ਨੇ ਲੈਣਾ ਹੋਵੇ ਤਾਂ ਟਰੈਕਟਰ ਦੁਬਾਰਾ ਆ ਗਿਆ ਇਹ ਲੈ ਸਕਦੇ ਹੋ ਤੇ ਇੱਕ ਇੱਧਰ ਖੜਾ ਇਹ 2021 ਮਾਡਲ ਹੈ ਜੀ ਇਹ 2020 ਮਾਡਲ ਟਰੈਕਟਰ ਹੈ ਜੀ ਇਹ 2020 ਮਾਡਲ ਹੈ 1200 ਘੰਟੇ ਚੱਲਿਆ ਜੀ ਇਹ 1200 ਘੰਟੇ ਚੱਲਿਆ ਹੋਇਆ ਹੈ 4x4 ਇਹ 20 HP ਆ ਜੀ ਹਾਂਜੀ 20 HP ਦਾ ਇਹ ਤਾਂ ਟਰੈਕਟਰ ਨਵਾਂ ਹੀ ਹੈ ਜੀ ਇਹ ਬ੍ਰਾਂਡ ਨਿਊ ਹੈ ਹਾਂਜੀ ਇਹਦਾ ਮੈਂ ਤੁਹਾਨੂੰ ਰੇਟ ਪਤਾ ਕਰਕੇ ਦੱਸਦਾ ਜੀ ਆਪਾਂ ਵੀ ਰੇਟ ਪਤਾ ਕਰਕੇ ਆ ਰਿਹਾ ਤੁਹਾਨੂੰ ਆਪਾਂ ਰੇਟ ਦੱਸਦੇ ਹਾਂ ਬੈਗ ਦੀ ਮਾੜੀ ਨਿਗਾਮ ਰਾਜ ਟਰੈਕਟਰਾਂ ਤੇ ਉਰੇ ਪਿੱਛੇ ਖੜੇ ਨੇ 0 meter ਵਾਲੇ ਜਿਹੜੇ ਵੀਰਾਂ ਕੋਲ 10-12 ਟਰੈਕਟਰ ਆਏ ਤੇ ਆ 60-10 ਵੀ 50 ਨੰਬਰ ਹੈ ਜੀ ਇਹ 16 ਮਾਡਲ ਇਹ 60-10 50 ਨੰਬਰ ਹੈ ਜੀ ਹਾਂਜੀ 2016 ਮਾਡਲ ਹੈ ਜੀ ਕਿਹੜਾ ਮਾਡਲ ਹੈ ਜੀ ਇਹ ਮੇਰੇ ਖਿਆਲ ਨਾਲ 50-60 ਦੀ ਡਿਮਾਂਡ ਆ ਪੁੱਛ ਲੈਣਾ ਬਾਕੀ ਪੂਰਾ ਕਨਫਰਮ ਕਰ ਲੈਣਾ ਇਹ ਕਿੰਨੇ ਦਾ 60-10 5.5 ਦਾ ਜੀ ਇਹ 5.5 ਦਾ 60-10 ਆ ਛੋਟਾ ਵੀ ਦੱਸ ਐਕਸਲ ਸੀਰੀਜ਼ ਆ ਛੋਟੇ ਵਾਲਾ 2.5 lakh ਦਾ ਜੀ 2.5 lakh ਦਾ ਟਰੈਕਟਰ ਆ ਜੇ ਕਿਸੇ ਮੇਰੇ ਭਰਾ ਨੂੰ ਚਾਹੀਦਾ ਹੋਵੇ ਉਹ ਕਾਫੀ ਡਿਮਾਂਡ ਆ ਰਹੀ ਸੀ ਆਪਣਾ ਬਾਗਵਾਨ ਟਰੈਕਟਰਾਂ ਦੀ ਉਰੇ ਵੀਰ ਉਹਨਾਂ ਕੋਲ 3 ਟਰੈਕਟਰ ਖੜੇ ਨੇ ਇੱਕ 4x4 ਦੇ ਵਿੱਚ ਰੇਂਜ ਵਾਲਾ ਪ੍ਰੀਤ ਖੜਾ ਜੀ ਪਿੱਛੇ 14 model 3-speed 3.5 lakh ਦਾ ਉਹ ਵੀ ਇੱਕ ਵਾਰ ਨਿਗਰ ਕਰਾ ਦੋ ਕਿਹੜਾ ਪ੍ਰੀਤ ਜੀ ਉਹ 58 ਜੀ 4 ਸਿਲੰਡਰ 58 4 ਸਿਲੰਡਰ ਕਿੰਨਾ 3.5 lakh ਦਾ ਜੀ ਹਾਂਜੀ 3.5 lakh ਦਾ ਟਰੈਕਟਰ ਜਿਹੜਾ ਵੀਡੀਓ ਦੇਖ ਕੇ ਆਏਗਾ ਭਰਾ ਜ਼ਰੂਰ ਮਾਣ ਕਰਾਂਗੇ ਅਸੀਂ ਸਾਡਾ ਇੱਕ ਵਾਰ ਫਰਜ਼ ਆ ਦਿਖਾਣਾ ਪਾਰਟੀ ਸਾਹਮਣੇ ਬਿਠਾ ਦਾਂਗੇ ਜਿੰਨੇ ਦਾ ਵੀ ਸੌਦਾ ਸਾਹਮਣੇ ਹੋਊਗਾ ਠੀਕ ਹੈ ਠੀਕ ਇਹ ਅਰਜਨ ਹੈ ਜੀ 11 model ਇਹ ਅਰਜਨ 11 model ਆ ਜੀ ਇਹ ਵੀ ਟਰੈਕਟਰ ਪੂਰਾ ਸੰਭਵ ਹੈ ਜੀ ਇਹਦੇ ਰਿਮ ਚੈੱਕ ਕਰਾਓ ਟਰੈਕਟਰ ਦੇ ਟਾਇਰ ਵੀ ਨਾਲ ਦੇ ਨੇ ਉਹ ਸਾਫ਼ ਟਰੈਕਟਰ ਹੈ ਜੀ ਇਹ 3.5 ਡਿਮਾਂਡ ਕਰਦਾ ਜੀ ਪਾਰਟੀ ਬਾਕੀ ਜੋ ਸੌਦਾ ਹੋਊਗਾ ਸਾਹਮਣੇ ਹੋਊਗਾ ਠੀਕ ਹੈ ਜੀ ਟਰੈਕਟਰ ਬਹੁਤ ਸਾਫ਼ ਹੈ ਇਹ ਮਾਡਲ ਦੇ ਹਿਸਾਬ ਨਾਲ ਤੇ ਹਾਂਜੀ ਵੀਰੋ ਇੱਕ ਇਹ ਟਰੈਕਟਰ ਖੜਾ ਅਰਜਨ ਉਹ AC ਕੈਬ ਨਾ ਮੂਹਰੇ ਮੋਟਰ ਟਾਇਰ ਪਏ ਹੋਏ ਨੇ ਬੜੇ
ਏਸੀ ਕੈਬ ਨਾਲ 2017 ਮਾਡਲ ਆ। ਇਹ ਟਰੈਕਟਰ ਹਰਿਆਣੇ ਸਚੈਨ ਬਾਈ ਦਾ, ਜਿਹੜੇ ਨੀਸੂ ਦੇਸਵਾਲ ਦੇ ਯਾਰ ਦੋਸਤ ਭਰਾ ਨੇ, ਉਹਦਾ ਟਰੈਕਟਰ ਹੈ। ਜਿਹੜੀ ਡਿਮਾਂਡ ਰੱਖੀ ਗਈ ਹੈ, ਇਹ ਟਰੈਕਟਰ ਫੋਰ ਸੇਲ ਲਈ ਖੜ੍ਹਾ ਪਟਿਆਲੇ ਕੋਕੂ ਟਰੈਕਟਰ 'ਤੇ, 6.5 ਲੱਖ ਰੁਪਈਆ ਟਰੈਕਟਰ ਦੀ ਡਿਮਾਂਡ ਆ। ਜੇਕਰ ਕਿਸੇ ਮੇਰੇ ਭਰਾ ਨੇ ਟਰੈਕਟਰ ਲੈਣਾ ਹੋਵੇ ਤਾਂ ਤੁਸੀਂ ਆਪਣੀ ਵੀਡੀਓ ਦੇ ਵਿੱਚ ਕੰਟੈਕਟ ਨੰਬਰ ਚੱਲ ਰਿਹਾ ਆਪਣੇ ਭਰਾਵਾਂ ਦਾ, ਸੈਫੀ ਉਹਨਾਂ ਦਾ, ਤੁਸੀਂ ਕੰਟੈਕਟ ਕਰਕੇ ਜਾ ਕੇ ਟਰੈਕਟਰ ਲਿਜਾ ਸਕਦੇ ਹੋ। ਹਾਂਜੀ ਵੀਰੋ, ਇਹ ਟਰੈਕਟਰ ਜਿਹੜੇ ਵੀਰ ਨੇ ਤੁਹਾਨੂੰ ਆਪਾਂ ਨੂੰ ਦਿਖਾਏ ਨੇ, ਬਾਕੀ ਆਪਣੇ ਯੂਟਿਊਬ ਚੈਨਲ 'ਤੇ ਵੀਰੋਂ ਦੀ ਪਲੇਲਿਸਟ ਬਣੀ ਹੋਈ ਹੈ, ਉਹਦੇ ਉੱਪਰ ਇਹਨਾਂ ਦੀ ਜਿੰਨੇ ਵੀ ਹੁਣ ਤੱਕ ਵੀਡੀਓ ਆਈਆਂ ਨੇ, ਅਤੇ ਸਾਰੇ ਵੀਡੀਓ 'ਚ ਅਲੱਗ ਅਲੱਗ ਵਧੀਆ ਵਧੀਆ ਆਪਣੇ ਟਰੈਕਟਰ ਦਿਖਾਏ ਹੋਏ ਨੇ। ਤੁਸੀਂ ਆਪਣੇ ਚੈਨਲ 'ਤੇ ਆਪਣਾ ਪਲੇਲਿਸਟ 'ਤੇ ਜਾ ਕੇ ਚੈੱਕ ਕਰਕੇ ਆਪਣਾ ਤੁਸੀਂ ਵੀਡੀਓ ਦੇਖੋ। ਬਾਕੀ ਜੇਕਰ ਤੁਹਾਨੂੰ ਆਪਣੀ ਵੀਡੀਓ ਚੰਗੀ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤਾਂ ਬੈਲ ਆਈਕਨ ਦਬਾ ਲਿਓ। ਜੇਕਰ ਤੁਸੀਂ ਵੀਡੀਓ ਦੇਖ ਰਹੇ ਹੋ ਆਪਣੇ ਫੇਸਬੁੱਕ ਪੇਜ 'ਤੇ ਤਾਂ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ, ਧੰਨਵਾਦ।